ਕੁੜੀਆਂ ਨੂੰ ਮੈਸੇਜ ਹੀ ਕਰਦਾ ਨਾਮ ਦਾ ਟਿਕਟੌਕ ਲਿਖਿਆ ਤੇ ਫੋਰ ਡਿਵਾਈਸ ਵਿੱਚ ਲਾਏਗਾ ਦੇਖ ਲੈ ਇਹ ਆਈਡੀ ਹੈ ਜੀ ਫਿਜ਼ਾਨ ਦੀ ਇਹਨੂੰ ਤੁਸੀਂ ਸਾਰਿਆਂ ਨੇ ਕੀ ਕਰੀਦਾ ਫੋਲੋ ਕਰਨਾ ਨਹੀਂ ਤਾਂ ਵੀ ਆਈਡੀ ਹੈ ਮੇਰੀ ਆਈਡੀ ਵੀ ਹੈ ਪਰ ਉਹਨੂੰ ਤੁਸੀਂ ਨਹੀਂ ਕਰਨਾ ਕਿਉਂਕਿ ਮੈਂ ਵੀਡੀਓ ਲਈ ਚਾਹਦਾ ਸੀ ਸਮਝ ਰਹੇ ਹੋ ਆਪ ਸਮਝ ਰਹੇ ਹੋ ਉਹ ਤਾਂ ਚੜਾਗਾ ਜਦੋਂ ਮੈਂ ਵਾਇਰਲ ਹੋਏਗਾ ਵੇ ਸਾਰੇ ਨੰਬਰ ਨੇ ਮੁੰਡੇ ਕੋਲ ਕਿੰਨੇ ਕੁ ਨੰਬਰ ਨੇ ਇੱਕ ਵੇਖੋ ਕੋਈ ਨੰਬਰ ਨਹੀਂ ਹੈ ਵਲੀਦ ਨੂੰ ਬੜੀ ਸ਼ਰਮ ਆਉਂਦੀ ਹੈ ਪਤਾ ਨਹੀਂ ਕੀ ਗੱਲ ਹੈ ਸਫਿਆਰ ਕੋ ਸਮਝਾ ਯਾਰ ਮੁੰਡਿਆਂ ਨੂੰ ਬਾਬੂ ਯਾਰ ਕੋਈ ਸਹੀ ਦੱਸ ਯਾਰ ਚੱਲ ਮੇਰੇ ਕੋਲ ਨਾ ਕੁੜੀ ਦਾ ਨੰਬਰ ਕੱਢ ਕੇ ਤੇ ਗੱਲਾਂ ਕਰ ਕੁੜੀ ਦਾ ਨੰਬਰ ਕੱਢ ਕੇ ਤੇ ਕੁੜੀ ਨਾਲ ਗੱਲਾਂ ਕਰ ਓ ਭਾਈ ਮਾਰੋ ਮੁਝ ਮਾਰੋ ਮਾਰੋ ਮੁਝ ਮਾਰੋ ਮਾਰੋ ਕੁੜੀ ਦਾ ਨੰਬਰ ਹੈ ਨਹੀਂ ਮੇਰੇ ਕੋਲ ਤੇ ਮੈਂ ਲਖਾਣਾ ਤੈਨੂੰ ਮੈਂ ਤੇ ਕਰਦਾ ਗੱਲ ਲਗਵਾ ਰਿਹਾ ਨੰਬਰ ਤੇ ਇਹਦਾ ਨੰਬਰ ਕਿੱਥੇ ਪਾ ਦਿੱਤੇ ਕਿੱਦਾਂ ਤੇ ਚੰਗੇ ਛੱਡ ਯਾਰ ਹੁਣ ਮੋਬਾਈਲ ਮੋਬਾਈਲ ਜੇ ਚ ਪਾ ਲਿਆ ਤੂੰ ਹੈ ਕਿਉਂ ਨਹੀਂ ਹੈ ਝੂਲਣਾ ਬੋਲ ਮੇਰੇ ਕਮੈਂਟ ਆਉਂਦੇ ਨੇ ਉਹ ਕੌਣ ਕਰਦਾ ਯਾਰ ਦੋਸਤ ਪਿੰਡ ਦਾ ਮੁੰਡਾ ਫਾਸਟ ਬਾਲਰ ਹੈ ਹੁਣ ਪ੍ਰਿੰਟ ਮੂੰਹ ਕਰ ਲਿਆ ਜਾਣ ਕੋਈ ਗੱਲ ਨਹੀਂ ਕੋਈ ਯਾਰ ਆਪਣੀ ਮਸ਼ਹੂਰ ਦੀ ਕੋਈ ਛੋਟੀ ਜਿਹੀ ਕੋਈ ਸੁਣਾ ਕੋਈ ਚੀਜ਼ ਫਿਰ ਇੱਕ ਵੀਡੀਓ ਬਣਾਉਣੀ ਹੈ ਮੈਂ ਹਾਂ ਗਈ ਸੋਚੀ ਤਾਂ ਬੜੀ ਸਹੀ ਹੈ ਉਹਦੇ ਬਾਅਦ 8-10 ਮੁੰਡੇ ਚਾਹੀਦੇ ਨੇ ਰਿਜ਼ਲਟ ਸਹੀ ਆਉਂਦਾ ਫਿਰ ਸਹੀ ਗੱਲ ਹੈ ਕੱਲ੍ਹ ਦੀ ਮੇਰੀ ਵੀਡੀਓ ਰਹਿੰਦੀ ਹੈ ਯਾਰ ਕੋਈ 3-4 ਮਿੰਟ ਦੀ ਮੈਂ ਕਿਹਾ ਪੂਰੀ ਕਰ ਲਵਾਂ ਵਲੀਦ ਯਾਰ ਇਹ ਗੱਲ ਤੈਨੂੰ ਪੁੱਛਣੀ ਆ ਇੱਧਰ ਮੇਰੇ ਗੱਲ ਮੇਰੇ ਵੇ ਹੈ ਉਹ ਰੇ ਤੇ ਆ ਹਸਨ ਕਿੰਨੇ ਰਿਹਾ ਹਸਨ ਕਿੰਨੇ ਰਿਹਾ ਨਹੀਂ ਸਹੀ ਦੱਸੋ ਫਿਰ ਕਿਉਂ ਕਰਨਾ ਪਿਆ ਨਵਾਂ ਦੇ ਬਾਰੇ ਦੱਸਣ ਦੇ ਬਾਰੇ ਚਲੋ ਹੁਣ ਚੱਕ ਜੀ ਸਮਾਨ ਵੀ ਆਇਆ ਜੀ ਲੋਰੋ ਕੱਲ੍ਹ ਤਾਂ ਬੜਾ ਕਾਲਾ ਹੋ ਗਿਆ ਕੀ ਗੱਲ ਆ ਕੈਸਾ ਲਗਾ ਮੇਰਾ ਮਜ਼ਾਕ ਤੁਹਾਡੇ ਸਾਹਮਣੇ ਫਿਰ ਧੁੰਨ ਦੀ ਧੋਦੀ ਆ ਨਹੀਂ ਸਹੀ ਫੇਰ ਸਹੀ ਗੱਲ ਹੈ ਬੜਾ ਕਾਲਾ ਹੋ ਗਿਆ ਆ ਜੀ ਅਸੀਂ ਤਸਵੀਰਾਂ ਬਣਾਉਣ ਆਏ ਹਾਂ ਪਿੰਡ ਤੋਂ ਬੜੀ ਦੂਰ ਇਹ ਦੇਖੋ ਬੂਟੇ ਉਹ ਅੱਗੇ ਉੱਧਰ ਜੰਗਲ ਵੀ ਹੈ ਮੈਂ ਆਸਮ ਦੇ ਜ਼ਮਾਨ ਮੁੰਡਾ ਵਿਆਹ ਖਾ ਗਿਆ ਤਾਂ ਸੋਹਣਾ ਹੋ ਗਿਆ ਸਰਗੋ ਦੇ ਅਤੇ ਸਹੀ ਗੱਲ ਹੈ ਮੁੰਡਾ ਬੜਾ ਸੋਹਣਾ ਸੀ ਹੁਣ ਕਾਲਾ ਹੋ ਗਿਆ ਚਲੋ ਐਡ ਬਾਅਦ ਚ ਕਰ ਲਾਂਗੇ ਉੱਥੇ ਹੋ ਹੁਣ ਅੱਧੀ ਤਸਵੀਰ ਕਸਮੇ ਲੜੀ ਕਿਉਂ ਆਈ ਆ ਰਹੀ ਹੈ ਮਗੇ ਮੰਜੀ ਦੀ ਲੋੜ ਹੈ ਮੈਂ ਸੋਚਣਾ ਮੈਂ ਮੱਕ ਇਹ ਜੀ ਚੈੱਕ ਕਰੋ ਰਿਜ਼ਲਟ ਹੁਣ ਇੱਧਰ ਮੂੰਹ ਕਰ ਬੰਬ ਤਸਵੀਰ ਆ ਰਹੀ ਨੇ ਚਲੋ ਤੂੰ ਆ ਹਜ਼ਮਾਨ ਤੂੰ ਯਾਰ ਮੇਰੇ ਕੱਪੜੇ ਨਹੀਂ ਸਹੀ ਕੱਪੜੇ ਹਾਂਗੇ ਸਹੀ ਨੇ ਕੱਪੜੇ ਤਾਂ ਹੋਰ ਕੱਪੜੇ ਕਿਤੇ ਹੁਣ ਨਵੇਂ ਕੱਪੜੇ ਨੇ ਤਸਵੀਰ ਪੂਰੀ ਸੋਹਣੀ ਲੱਗਦੀ ਹੈ ਆਈ ਹੈ ਨਾ ਬੰਬ ਬੁੱਢੀਆਂ ਵੀ ਆ ਰਹੀਆਂ ਨੇ ਹੈ क्या बात है भाई यार बहुत अच्छी आईफोन की तस्वीर है देखें वाह
अभी इसको हम एडिटिंग करेंगे इस तस्वीर को। ये भाई सीम व्लॉग, और ये हमारा एडिटर। अस्सलाम वालेकुम भाई, यार देखो वीडियो तस्वीर एडिट हो गई है माशाल्लाह। देखो रिजल्ट चेक करें, ये भाई का आईफोन है और ये भी भाई की वीडियो एडिट की है। ये देखें भाई लोग, हम जंगल में आए हुए हैं तस्वीर एडिट करने के लिए। बहुत ही खूबसूरत हमारे इधर जंगल है, ये देखें माशाल्लाह, दरख्त ही दरख्त है इधर। ये हमारी गाड़ी है जिसके ऊपर बैठकर हम आए हैं। और गाइस जो भी ये वीडियो देख रहे हैं, लाइक एंड कमेंट करके एंड सब्सक्राइब करके, आज ना आप लोग ने बात मार ली है, मेरी बात तो नहीं मार रहे आप जी, मेरी बात मान ले प्लीज आप। भाई वसीम भाई लोगों को लाइक एंड कमेंट सब्सक्राइब करें, शेयर करें अपने दोस्तों से। थैंक्स जी। आज दी शाम दा सनसेट माशाल्लाह केड़ा खूबसूरत लग रहा उम्मीद करने तो अनवाई वीडियो चंगी लगी होगी। ये चंगी लगी है तो लाइक करो। अच्छा हमको सिखा रही है यार, आज मेरी मननी है यार भाई, आज मेरी गलती नहीं मननी है, लाइक कमेंट शेयर एंड सब्सक्राइब करना। फिर मार तू भी कह रहे कोड़ी यार, ठीक है ठीक है जुबान वाले शर्मा लिया, शर्मा आ गया। चलो ओके बाय, अल्लाह हाफिज़, टेक केयर।